ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਸੁਖਪਾਲ ਸਿੰਘ ਖਹਿਰਾ ਦੇ ਧੜੇ ਦਾ ਪੱਲੜਾ ਹੌਲੀ ਹੌਲੀ ਭਾਰਾ ਹੁੰਦਾ ਵਿਖਾਈ ਦੇਣ ਲੱਗਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਵੇਲੇ ਸਾਹਮਣੇ ਆਈ ਹੈ ਜਦ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਨੇ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਆਖ ਦਿੱਤੀ ਹੈ, ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜੈ ਕਿਸ਼ਨ ਰੋੜੀ ਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੈ ਕਿਸ਼ਨ ਰੋੜੀ ਨੂੰ ਸਾਡੇ ਨਾਲ ਕੁਝ ਸ਼ੰਕਾਵਾਂ ਸਨ ਜਿਨ੍ਹਾਂ ਨੂੰ ਹੁਣ ਦੂਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਆਪ ਦੇ ਦਿੱਲੀ ਹਾਈਕਮਾਨ ਤੱਕ ਪੰਜਾਬ ਦੀਆਂ ਅਸਲ ਗੱਲਾਂ ਪਹੁੰਚ ਨਹੀਂ ਰਹੀਆਂ ਹਨ, ਉਹਨਾਂ ਕੋਲ ਗੱਲਾਂ ਤੋੜ ਮਰੋੜ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਜੈ ਕਿਸ਼ਨ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਹੈ ਕਿ ਖਹਿਰਾ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਤਾਂ ਉਹ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਲਈ ਤਿਆਰ ਹਨ। ਤੁਹਾਨੂੰ ਦੱਸ ਦਈਏ ਕਿ ਜੈ ਕਿਸ਼ਨ ਰੋੜੀ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਿਨ੍ਹਾਂ ਨੇ ਆਪਣੇ ਵਲੰਟੀਅਰਾਂ ਸਮੇਤ ਅੱਜ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਆਉਣ ਦਾ ਮਕਸਦ ਇਹ ਹੈ ਕਿ ਸਾਡੇ ਸਾਰਿਆਂ ਦੇ ਬੜੇ ਸਤਿਕਾਰਯੋਗ ਕੋਲੀਗ ਜੈ ਸਿੰਘ ਰੋੜੀ MLA ਗੜ੍ਹਸ਼ੰਕਰ, ਇਹਨਾਂ ਨੇ ਇੱਕ ਆਪਣਾ ਵਡਮੁੱਲਾ ਫੈਸਲਾ ਲਿਆ ਵਾ ਕਿ ਇਹ ਅੱਜ ਤੋਂ ਬਾਅਦ ਜੋ ਸਾਡਾ ਇੱਕ ਅਸੀਂ ਇੱਕ ਆਵਾਜ਼ ਪੁਕਾਰ ਲਾਈ ਬਠਿੰਡੇ ਦੀ ਰੈਲੀ ਤੋਂ ਪੰਜਾਬ ਦੇ ਖੁਦਮੁਖਤਿਆਰੀ ਲਈ, ਪੰਜਾਬ ਦੇ ਮਾਣ ਅਤੇ ਇੱਜ਼ਤ ਵਾਸਤੇ, ਜੈ ਸਿੰਘ ਜੀ ਨੇ ਆਪਣੇ ਸਾਰੇ ਉੱਥੇ ਜਿੰਨਾ ਇਹਨਾਂ ਦਾ ਵਾਲੰਟੀਅਰ ਡਾਟਾਬੇਸ ਵਿਸ਼ਵ 'ਚ ਬੈਠੇ ਸਾਰੇ ਸਤਿਕਾਰਯੋਗ ਪੰਜਾਬੀਆਂ ਨਾਲ ਰਾਏ ਮਸ਼ਵਰਾ ਕਰਕੇ ਅੱਜ ਇਹਨਾਂ ਨੇ ਸਾਡੇ ਨਾਲ ਆਪਣੀ ਸਪੋਰਟ ਦੇਣ ਦਾ ਐਲਾਨ ਕੀਤਾ। ਅਸੀਂ ਸਾਰੇ ਸਮੂਹ ਸਤਿਕਾਰਯੋਗ ਸਾਡੇ ਜਿੰਨੇ MLAs ਨੇ, ਅਸੀਂ ਉਹਨਾਂ ਦਾ ਭਰਪੂਰ ਸਵਾਗਤ ਕਰਦੇ ਹਾਂ ਔਰ ਅਸੀਂ ਇਹਨਾਂ ਨੂੰ ਇਹਨਾਂ ਦਾ ਮਾਣ ਸਤਿਕਾਰ ਕਰਦੇ ਹਾਂ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ, ਪੰਜਾਬੀਆਂ ਦੇ ਲੋਕਾਂ, ਪੰਜਾਬੀਆਂ ਦੀ ਨਬਜ਼ ਨੂੰ ਪਛਾਣਦੇ, ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਦੇ ਅਨੁਕੂਲ ਬਹੁਤ ਵੱਡਾ ਫੈਸਲਾ ਲਿਆ। ਇੱਥੇ ਕਾਬਲੇ ਤਾਰੀਫ ਇੱਕ ਗੱਲ ਹੈ ਜੈ ਸਿੰਘ ਰੋੜੀ ਦੀ ਕਿ ਆਹ ਜਿਹੜੇ ਕੁਛ ਦਿਨ ਵਿੱਚ ਪਏ ਵੀ ਸੀਗੇ, ਇਹਨਾਂ ਨੇ ਬਤੌਰ ਇੱਕ ਪੋਜ਼ਿਟਿਵ ਮੀਡੀਏਟਰ ਦਾ ਰੋਲ ਅਦਾ ਕੀਤਾ। ਸਾਡੇ 4 MLA ਸੀਗੇ, ਉਹਨਾਂ ਸਾਰਿਆਂ ਚਾਰਾਂ ਨੇ ਦਿੱਲੀ ਜਾ ਕੇ ਆਪਣੀ ਲੀਡਰਸ਼ਿਪ ਨੂੰ ਪਹਿਲੀ ਤਾਂ ਸਾਡੀ ਮੀਟਿੰਗ ਕਰਾਈ ਜਦੋਂ ਅਸੀਂ ਗਏ, ਸ਼ਾਇਦ 28-29 ਰਾਤ ਨੂੰ ਜਦੋਂ ਅਸੀਂ ਮਿਲੇ ਹਾਂ ਉੱਥੇ ਮਨੀਸ਼ ਸਿਸੋਦੀਆ ਜੀ ਨੂੰ, ਅਤੇ ਦੇਵਰ ਦਾ ਫੈਸਿਲੀਟੇਟਰਸ ਉਹਨਾਂ ਦਾ ਮੈਂ ਬਹੁਤ ਰਿਣੀ ਹਾਂ ਕਿ ਉਹਨਾਂ ਨੇ ਪੋਜ਼ਿਟਿਵ ਉਸਾਰੂ ਰੋਲ ਕੀਤਾ। ਉਹਦੇ ਵਿੱਚ ਜੈ ਸਿੰਘ ਜੀ ਰੋੜੀ ਦਾ ਮੇਨ ਰੋਲ ਸੀ ਔਰ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਚਾਰਾ ਜੋਈ ਬਹੁਤ ਯਤਨ ਕੀਤੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਪਾੜਾ ਬਣਿਆ ਹੋਇਆ ਵਾ ਜਾਂ ਜੋ ਸਾਡੀਆਂ ਪੰਜਾਬ ਦੀਆਂ ਪੁਰਜ਼ੋਰ ਅਤੇ ਪੁਖਤਾ ਅਤੇ ਪਲੱਸ ਬੜੀਆਂ ਵਾਜਬ ਗੱਲਾਂ ਅਸੀਂ ਕਹਿ ਰਹੇ ਹਾਂ ਉਹ ਸਾਡੀਆਂ ਗੱਲਾਂ ਸੁਣੀਆਂ ਜਾਣੀਆਂ ਚਾਹੀਦੀਆਂ। ਪਰੰਤੂ ਜਦੋਂ ਇਹਨਾਂ ਨੇ ਦੇਖਿਆ ਕਿ ਨਹੀਂ ਕਿਸੇ ਪਾਸੇ ਗੱਲ ਲੱਗ ਰਹੀ ਤਾਂ ਦੈਨ ਹੀ ਸੈਡ ਕਿ ਮੈਂ ਆਪਣਾ ਪੱਖ ਪੰਜਾਬ ਦੇ ਨਾਲ ਰੱਖਣਾ ਚਾਹੁੰਦਾ ਵਾਂ, ਇਸ ਲਈ ਅਸੀਂ ਇਹਨਾਂ ਦਾ ਸਵਾਗਤ ਕਰ। ਸਭ ਤੋਂ ਪਹਿਲਾਂ ਜਦੋਂ ਖਹਿਰਾ ਸਾਹਿਬ ਨੇ ਪਿੱਛੇ ਜਿਹੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦੇ ਵਿੱਚ ਮੈਂ, ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਸ਼ਾਮਿਲ ਸੀ ਔਰ ਇੱਕ ਅੱਛੇ ਪਰਿਵਾਰ ਦੇ ਵਿੱਚ ਉਸ ਮੈਂਬਰ ਦੀ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਹੈ ਜਿਹੜਾ ਪਰਿਵਾਰ ਨੂੰ ਵਿਖੜਨ ਤੋਂ ਬਚਾਉਣ ਦੀ ਕੋਸ਼ਿਸ਼ ਕਰੇ ਔਰ ਜੋ ਮੇਰਾ ਫਰਜ਼ ਬਣਦਾ ਸੀ ਔਰ ਮੇਰੀ ਇੱਕ ਕੋਸ਼ਿਸ਼ ਸੀ ਕਿ ਪੰਜਾਬ ਦੀ ਲੀਡਰਸ਼ਿਪ ਅਤੇ ਕੇਂਦਰ ਦੀ ਲੀਡਰਸ਼ਿਪ ਉਸ ਦੇ ਵਿੱਚ ਇੱਕ ਸੁਨੇਹਾ ਦਿੱਤਾ ਜਾਵੇ, ਦੋਨਾਂ ਦੇ ਵਿਚਕਾਰ ਜਿਹੜੇ ਖਿੱਚੋ ਤਾਣ ਹੈ
ਉਸ ਨੂੰ ਖਤਮ ਕੀਤਾ ਜਾਵੇ। ਮੈਂ ਆਪਣੇ ਕੁਝ ਵਿਧਾਇਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਦਿੱਲੀ ਪਹੁੰਚਿਆ ਸੀ। ਦਿੱਲੀ ਪਹੁੰਚਣ ਤੋਂ ਬਾਅਦ ਉੱਥੇ ਮੀਟਿੰਗ ਤੈਅ ਕੀਤੀ ਸੀ, ਪਰ ਉਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਔਰ ਸਾਡਾ ਮਨ ਉਦਾਸ ਵੀ ਹੋਇਆ ਕਿ ਅਸੀਂ 3-4 ਦਿਨ ਤੋਂ ਲੱਗੇ ਹੋਏ ਹਾਂ ਕਿ ਪੰਜਾਬ ਦੇ ਅਤੇ ਦਿੱਲੀ ਦੇ ਵਿਚਕਾਰ ਜਿਹੜਾ ਪਾੜਾ ਉਹਨੂੰ ਪੂਰਾ ਕੀਤਾ ਜਾਵੇ, ਪਰ ਉਹ ਬੇਸਿੱਟਾ ਨਿਕਲੀ। ਉਸ ਤੋਂ ਬਾਅਦ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਪੰਜਾਬ ਦੀਆਂ ਭਾਵਨਾਵਾਂ ਨੂੰ ਲੈ ਕੇ ਅਸੀਂ ਪੁਨਰ ਵਿਚਾਰ ਕਰੀਏ, ਪਰ ਦੁੱਖ ਦੀ ਗੱਲ ਇਹ ਹੈ ਕਿ ਉੱਥੇ ਸਾਡੀ ਜਿਹੜੀ ਉਹ ਸੁਣਵਾਈ ਨਹੀਂ ਹੋ ਸਕੀ। ਬਿਊਰੋ ਰਿਪੋਰਟ, ਪੰਜਾਬ ਟੂਡੇ।